ਇਹਨੇ ਮੈਨੂੰ ਨਾ ਆਣ ਕੇ ਮੇਰੇ ਪਾਣੀ ਕੀ ਕੀਤਾ, ਮੈਨੂੰ ਤਾਂ ਮੇਰੀ ਸਾਫ ਅਤੇ ਮੇਰੀ ਅੰਗੂਠੀ ਲਾ ਲਈ ਇਹਨਾਂ ਨੇ। ਭੱਜ ਕੇ ਮੈਂ ਮੋਟਰਸਾਈਕਲ ਨੂੰ ਹੱਥ ਚੱਫਾ ਪਾਇਆ, ਠੀਕ ਹੈ ਜੀ, ਇਹ ਮੈਨੂੰ ਉੱਥੇ ਦਾ ਕੱਤਰੀ ਹੇਠ ਲਿਆਇਆ। ਐਕਸ਼ਨ ਭਾਈ ਕੀ ਹੋਇਆ? ਮੈਂ ਨਾ ਘਰ ਨੂੰ ਜਾ ਰਿਹਾ ਸੀ ਦਵਾਈ ਲੈ ਕੇ, ਠੀਕ ਹੈ ਜੀ, ਅੱਗੇ ਮੈਨੂੰ ਦੋ ਜਣੇ ਮਿਲੇ, ਕੱਲੋਂ ਇੱਕ ਮਿਲਿਆ ਫਿਰ ਦੂਜਾ ਇਹ ਆ ਗਿਆ, ਠੀਕ ਹੈ ਜੀ। ਇਹਨੇ ਮੈਨੂੰ ਨਾ ਆਣ ਕੇ ਮੇਰੇ ਪਾਣੀ ਕੀ ਕੀਤਾ, ਮੈਨੂੰ ਤਾਂ ਮੇਰੀ ਸਾਫ ਅਤੇ ਮੇਰੀ ਅੰਗੂਠੀ ਲਾ ਲਈ ਇਹਨਾਂ ਨੇ, ਅੰਗੂਠੀ ਲਾ ਲਈ। ਫਿਰ ਉਸ ਤੋਂ ਬਾਅਦ? ਉਸ ਤੋਂ ਬਾਅਦ ਮੈਂ ਇਹਨਾਂ ਨੂੰ ਭੱਜ ਕੇ ਮੈਂ ਮੋਟਰਸਾਈਕਲ ਨੂੰ ਹੱਥ ਚੱਫਾ ਪਾਇਆ, ਠੀਕ ਹੈ ਜੀ, ਇਹ ਮੈਨੂੰ ਉੱਥੇ ਦਾ ਕੱਤਰੀ ਹੇਠ ਲਿਆਇਆ। ਪਿਛਲੇ ਦਿਨਾਂ ਦੇ ਵਿੱਚ ਨਾ ਕਾਫੀ ਵਾਰਦਾਤਾਂ ਜਿਹੜੀਆਂ ਇਸ ਤਰੀਕੇ ਦੀਆਂ ਹੋਈਆਂ, ਜਿਹੜਾ ਆਪਣੇ ਆਪ ਨੂੰ ਸੰਤ ਦੱਸ ਕੇ ਜਾਂ ਬਾਬਾ ਦੱਸ ਕੇ ਲੋਕਾਂ ਦੇ ਨਾਲ ਜਿਹੜੇ ਭੋਲੇ ਭਾਲੇ ਲੋਕਾਂ ਨਾਲ ਠੱਗੀ ਮਾਰਦੇ ਸੀ, ਉਹ ਜਨਤਾ ਦੀ ਮਦਦ ਦੇ ਨਾਲ ਕੱਲ੍ਹ ਇੱਕ ਅਸੀਂ ਬੰਦੇ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਦਾ ਨਾਂ ਹੈਗਾ ਸਾਖੀ ਅਤੇ ਲੋਹਗੜ੍ਹ ਦਾ ਰਹਿਣ ਵਾਲਾ ਅੰਮ੍ਰਿਤਸਰ ਦਾ, ਅਤੇ ਇਹਦੇ ਨਾਲ ਇਹਦੇ ਚਾਰ ਸਾਥੀ ਹੋਰ ਨੇ ਜਿਹੜੇ ਅਜੇ ਭਗੌੜੇ ਨੇ। ਇਹਨੂੰ ਕੱਲ੍ਹ ਫੜ ਕੇ ਮੁਕੱਦਮਾ ਦਰਜ ਕਰਕੇ ਇਹਦੀ ਅਰੈਸਟ ਪਾਈ ਹੈ, ਮੁਕੱਦਮਾ ਨੰਬਰ 53 ਜਿਹੜਾ ਥਾਣਾ ਡਿਵੀਜ਼ਨ ਨੰਬਰ 1 ਦੇ ਵਿੱਚ ਦਰਜ ਕੀਤਾ ਗਿਆ ਹੈ। ਅਤੇ ਇਹਦੇ ਕੋਲੋਂ ਜਿਹੜਾ ਮੋਟਰਸਾਈਕਲ 'ਤੇ ਚਾਰ ਜਣੇ ਆਏ ਸੀਗੇ ਵਾਰਦਾਤ ਕਰਨ ਵਾਸਤੇ, ਇਹ ਪਹਿਲਾਂ ਲੋਕਾਂ ਨੂੰ ਇੱਕ ਲੇਡੀ ਨਾਲ ਲੈ ਕੇ ਆਉਂਦੇ ਆ, ਗੱਲੀ ਬਾਤੀ ਲਾ ਲੈਂਦੇ ਆ, ਫਿਰ ਉਹਨੂੰ ਕਹਿ ਦਿੰਦੇ ਵੀ ਬਾਬਾ ਜੀ ਆਏ ਨੇ, ਬਹੁਤ ਪਹੁੰਚੇ ਹੋਏ ਨੇ, ਅਤੇ ਉਹਨਾਂ ਨੂੰ ਜਿਹੜਾ ਝਾਂਸਾ ਦਿੰਦੇ ਆ ਵੀ ਆਪਣੀਆਂ ਜਿਹੜੀਆਂ ਵਾਲੀਆਂ ਮੈਨੂੰ ਦੇ ਦਿਉ ਜਾਂ ਸਾਨੂੰ ਦੇ ਦਿਉ, ਅਤੇ ਬਾਬਾ ਜੀ ਦੁੱਗਣਾ ਸੋਨਾ ਕਰਕੇ ਤੁਹਾਨੂੰ ਵਾਪਸ ਕਰ ਦਿੰਦੇ ਹੁਣੇ ਹੀ ਮੌਕੇ 'ਤੇ ਹੀ। ਅਤੇ ਇਸ ਤਰੀਕੇ ਦੀਆਂ ਇਹ ਵਾਰਦਾਤਾਂ ਪਿਛਲੇ ਸਮੇਂ ਤੋਂ ਕਰ ਰਹੇ ਸੀਗੇ, ਜਿਹੜਾ ਇਹਨੂੰ ਗਰੋਹ ਦਾ ਇੱਕ ਦਾ ਪਰਦਾ ਫਾਸ ਕੀਤਾ ਗਿਆ, ਉਸ ਵਿੱਚ ਦੋਸ਼ੀ ਇੱਕ ਨੂੰ ਅਰੈਸਟ ਕੀਤਾ ਗਿਆ। ਅਜੇ ਬਰਾਮਦੀ ਨਹੀਂ ਹੋਈ, ਬਾਕੀ ਜਿਹੜੀਆਂ ਟੀਮਾਂ ਬਣਾਈਆਂ ਹੋਈਆਂ ਨੇ, ਭੇਜੀਆਂ ਹੋਈਆਂ ਨੇ, ਜਦੋਂ ਬਾਕੀ ਦੋਸ਼ੀ ਫੜੇ ਜਾਣਗੇ ਸਾਰੀ ਬਰਾਮਦਗੀ ਜਿਹੜੀ ਹੈ ਫਿਰ ਕਰ ਲਈਏ। ਇਹਨੇ ਮੈਨੂੰ ਨਾ ਆਣ ਕੇ ਮੇਰੇ ਪਾਣੀ ਕੀ ਕੀਤਾ, ਮੈਨੂੰ ਤਾਂ ਮੇਰੀ ਸਾਫ ਅਤੇ ਮੇਰੀ ਅੰਗੂਠੀ ਲਾ ਲਈ ਇਹਨਾਂ ਨੇ। ਭੱਜ ਕੇ ਮੈਂ ਮੋਟਰਸਾਈਕਲ ਨੂੰ ਹੱਥ ਚੱਫਾ ਪਾਇਆ, ਠੀਕ ਹੈ ਜੀ, ਇਹ ਮੈਨੂੰ ਉੱਥੇ ਦਾ ਕੱਤਰੀ ਹੇਠ ਲਿਆਇਆ। ਐਕਸ਼ਨ ਭਾਈ ਕੀ ਹੋਇਆ? ਮੈਂ ਨਾ ਘਰ ਨੂੰ ਜਾ ਰਿਹਾ ਸੀ ਦਵਾਈ ਲੈ ਕੇ, ਠੀਕ ਹੈ ਜੀ, ਅੱਗੇ ਮੈਨੂੰ ਦੋ ਜਣੇ ਮਿਲੇ, ਕੱਲੋਂ ਇੱਕ ਮਿਲਿਆ ਫਿਰ ਦੂਜਾ ਇਹ ਆ ਗਿਆ, ਠੀਕ ਹੈ ਜੀ। ਇਹਨੇ ਮੈਨੂੰ ਨਾ ਆਣ ਕੇ ਮੇਰੇ ਪਾਣੀ ਕੀ ਕੀਤਾ, ਮੈਨੂੰ ਤਾਂ ਮੇਰੀ ਸਾਫ ਅਤੇ ਮੇਰੀ ਅੰਗੂਠੀ ਲਾ ਲਈ ਇਹਨਾਂ ਨੇ, ਅੰਗੂਠੀ ਲਾ ਲਈ। ਫਿਰ ਉਸ ਤੋਂ ਬਾਅਦ? ਉਸ ਤੋਂ ਬਾਅਦ ਮੈਂ ਇਹਨਾਂ ਨੂੰ ਭੱਜ ਕੇ ਮੈਂ ਮੋਟਰਸਾਈਕਲ ਨੂੰ ਹੱਥ ਚੱਫਾ ਪਾਇਆ, ਠੀਕ ਹੈ ਜੀ, ਇਹ ਮੈਨੂੰ ਉੱਥੇ ਦਾ ਕੱਤਰੀ ਹੇਠ ਲਿਆਇਆ। ਪਿਛਲੇ ਦਿਨਾਂ ਦੇ ਵਿੱਚ ਨਾ ਕਾਫੀ ਵਾਰਦਾਤਾਂ ਜਿਹੜੀਆਂ ਇਸ ਤਰੀਕੇ ਦੀਆਂ ਹੋਈਆਂ, ਜਿਹੜਾ ਆਪਣੇ ਆਪ ਨੂੰ ਸੰਤ ਦੱਸ ਕੇ
ਜਾਂ ਬਾਬਾ ਦੱਸ ਕੇ ਲੋਕਾਂ ਦੇ ਨਾਲ ਜਿਹੜੇ ਭੋਲੇ ਭਾਲੇ ਲੋਕਾਂ ਨਾਲ ਠੱਗੀ ਮਾਰਦੇ ਸੀ, ਉਹ ਜਨਤਾ ਦੀ ਮਦਦ ਦੇ ਨਾਲ ਕੱਲ੍ਹ ਇੱਕ ਅਸੀਂ ਬੰਦੇ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦਾ ਨਾਂ ਹੈਗਾ ਸਾਖੀ ਅਤੇ ਲੋਹਗੜ੍ਹ ਦਾ ਰਹਿਣ ਵਾਲਾ ਅੰਮ੍ਰਿਤਸਰ ਦਾ, ਅਤੇ ਇਹਦੇ ਨਾਲ ਇਹਦੇ ਚਾਰ ਸਾਥੀ ਹੋਰ ਨੇ ਜਿਹੜੇ ਅਜੇ ਭਗੌੜੇ ਨੇ। ਇਹਨੂੰ ਕੱਲ੍ਹ ਫੜ ਕੇ ਮੁਕੱਦਮਾ ਦਰਜ ਕਰਕੇ ਇਹਦੀ ਅਰੈਸਟ ਪਾਈ ਹੈ, ਮੁਕੱਦਮਾ ਨੰਬਰ 53 ਜਿਹੜਾ ਥਾਣਾ ਡਿਵੀਜ਼ਨ ਨੰਬਰ 1 ਦੇ ਵਿੱਚ ਦਰਜ ਕੀਤਾ ਗਿਆ ਹੈ। ਅਤੇ ਇਹਦੇ ਕੋਲੋਂ ਜਿਹੜਾ ਮੋਟਰਸਾਈਕਲ 'ਤੇ ਚਾਰ ਜਣੇ ਆਏ ਸੀਗੇ ਵਾਰਦਾਤ ਕਰਨ ਵਾਸਤੇ, ਇਹ ਪਹਿਲਾਂ ਲੋਕਾਂ ਨੂੰ ਇੱਕ ਲੇਡੀ ਨਾਲ ਲੈ ਕੇ ਆਉਂਦੇ ਆ, ਗੱਲੀਆਂ ਬਾਤੀਂ ਲਾ ਲੈਂਦੇ ਆ, ਫਿਰ ਉਹਨੂੰ ਕਹਿ ਦਿੰਦੇ ਵੀ ਬਾਬਾ ਜੀ ਆਏ ਨੇ, ਬਹੁਤ ਪਹੁੰਚੇ ਹੋਏ ਨੇ, ਅਤੇ ਉਹਨਾਂ ਨੂੰ ਜਿਹੜਾ ਝਾਂਸਾ ਦਿੰਦੇ ਆ ਵੀ ਆਪਣੀਆਂ ਜਿਹੜੀਆਂ ਵਾਲੀਆਂ ਮੈਨੂੰ ਦੇ ਦਿਉ ਜਾਂ ਸਾਨੂੰ ਦੇ ਦਿਉ, ਅਤੇ ਬਾਬਾ ਜੀ ਦੁੱਗਣਾ ਸੋਨਾ ਕਰਕੇ ਤੁਹਾਨੂੰ ਵਾਪਸ ਕਰ ਦਿੰਦੇ ਹੁਣੇ ਹੀ ਮੌਕੇ 'ਤੇ ਹੀ। ਅਤੇ ਇਸ ਤਰੀਕੇ ਦੀਆਂ ਇਹ ਵਾਰਦਾਤਾਂ ਪਿਛਲੇ ਸਮੇਂ ਤੋਂ ਕਰ ਰਹੇ ਸੀਗੇ, ਜਿਹੜਾ ਇਹਨੂੰ ਗਰੋਹ ਦਾ ਇੱਕ ਦਾ ਪਰਦਾ ਫਾਸ ਕੀਤਾ ਗਿਆ, ਉਸ ਵਿੱਚ ਦੋਸ਼ੀ ਇੱਕ ਨੂੰ ਅਰੈਸਟ ਕੀਤਾ ਗਿਆ। ਅਜੇ ਬਰਾਮਦੀ ਨਹੀਂ ਹੋਈ, ਬਾਕੀ ਜਿਹੜੀਆਂ ਟੀਮਾਂ ਬਣਾਈਆਂ ਹੋਈਆਂ ਨੇ ਭੇਜੀਆਂ ਹੋਈਆਂ ਨੇ, ਜਦੋਂ ਬਾਕੀ ਦੋਸ਼ੀ ਫੜੇ ਜਾਣਗੇ ਸਾਰੀ ਬਰਾਮਦਗੀ ਜਿਹੜੀ ਹੈ ਫਿਰ ਕਰ ਲਈ ਜਾਏ।